ਦੀਆਂ ਗਹਿਰਾਈਆਂ ਤੋਂ ਜੀ ਆਇਆ। ਹੋਰ ਵੀ ਜਿੰਨੇ ਪਤਵੰਤੇ ਸੱਜਣ, ਜਿੰਨੇ ਦਰਸ਼ਕ ਵੀਰ, ਖਾਸ ਕਰਕੇ ਕਿਉਂਕਿ ਮੇਲਾ ਦਰਸ਼ਕਾਂ ਦਾ ਹੀ ਹੁੰਦਾ ਹੈ, ਦਰਸ਼ਕ ਵੀਰ ਜਿੰਨੇ ਵੀ ਕਦਮ ਚੱਲ ਕੇ ਆਏ ਨੇ, ਸਾਰਿਆਂ ਦਾ ਕਮੇਟੀ ਵੱਲੋਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਅਸੀਂ ਇਸ ਕਮੇਟੀ ਦੇ, ਜਿਨ੍ਹਾਂ ਨੇ ਇੰਨਾ ਵਧੀਆ ਪ੍ਰਬੰਧ ਕੀਤਾ, ਅਤੇ ਦਰਸ਼ਕ ਵੀਰਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਆਪਣੇ ਰੁਝੇਵੇਂ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਮੇਲਾ ਬੁਲੰਦੀਆਂ ਦੇ ਉੱਤੇ ਪਹੁੰਚਿਆ। ਪਹਿਲਾ ਮੇਲੇ ਜਿਹੜੇ ਨੇ ਏਡੇ ਵੱਡੇ ਨਹੀਂ ਲੱਗਦੇ, ਪਰ ਅੱਜ ਸਾਨੂੰ ਇਟਾਲੀ ਦੀ ਧਰਤੀ ਤੇ ਵੇਖਣ ਨੂੰ ਮਿਲਿਆ ਕਿ ਏਡਾ ਵੱਡਾ ਮੇਲਾ, ਪਹਿਲਾ ਮੇਲਾ ਹੋਵੇ ਤੇ ਏਡਾ ਵੱਡਾ ਹੋਵੇ, ਬਹੁਤ ਵੱਡੀ ਗੱਲ ਹੈ। ਤਰਲੋਕ ਸਿੰਘ ਨਡਾਲੇ ਤੋਂ ਤਰਲੋਕ ਸਿੰਘ ਬੱਲੋਚੱਕ ਤੋਂ ਵੀ ਸਾਡੇ ਦਰਮਿਆਨ ਪਹੁੰਚੇ ਨੇ, ਇੱਥੇ ਪਹੁੰਚਣ ਤੇ ਜੀ ਆਇਆਂ ਨੂੰ। ਅਮਰਜੀਤ ਆ ਗਿਆ ਬਈ, ਤਗੜੇ ਹੋਏ ਜਵਾਨੋ, ਅਮਰਜੀਤ ਹੋ ਗਿਆ ਜੀ। ਅਮਰਜੀਤ ਦਾ ਦਸਤ ਪੰਜਾ ਸੁਰਖਪੁਰੀਆਂ ਦੇ ਨਾਲ ਵੇਖ ਕਿਹੋ ਜੀ ਗੱਲ ਕਰਕੇ ਵਿਖਾਲਦਾ ਬਈ ਅਮਰਜੀਤ। ਸਾਡੇ ਦਰਮਿਆਨ ਤਾੜੀਆਂ ਮਾਰ ਦਿਓ ਬਈ, ਪੰਜਾਬ ਦੀਆਂ ਮਾਣਮਤੀਆਂ ਮੁਟਿਆਰਾਂ ਦੀ ਟੀਮ ਜਿਹੜੀ ਸਾਡੇ ਦਰਮਿਆਨ ਪਹੁੰਚ ਗਈ ਹੈ। ਬੜਾ ਫਸਵਾਂ ਮੈਚ ਵੇਖਣ ਨੂੰ ਮਿਲਣਾ ਉਹ ਹੁਸ਼ਿਆਰਪੁਰ ਤੇ ਗੁਰਦਾਸਪੁਰ ਦਾ। ਪੰਜਾਬ ਦੀਆਂ ਮਾਣਮਤੀਆਂ ਮੁਟਿਆਰਾਂ ਦੀ ਜਿਹੜੀ ਟੀਮ ਹੈ ਸਾਡੇ ਦਰਮਿਆਨ ਪਹੁੰਚ ਗਈ ਜੀ ਆਇਆਂ ਨੂੰ ਇੱਥੇ ਪਹੁੰਚਣ ਤੇ। ਚੱਲ ਵੀ ਕਾਕਾ ਪਾ ਕੇ ਵੱਡੀ ਬਈ ਜਵਾਨਾਂ, ਚਾਰ ਤਿਆਰ ਬਰ ਤਿਆਰ ਨੇ ਨੌਜਵਾਨ। ਉਹ ਵੇਖ ਕਾਕੇ ਦੇ ਨਾਲ ਹੋਈ ਗੱਲ, ਲਾ ਲਾ ਕੇ ਸੁਣ ਗਈ ਜਿਵੇਂ ਬਜਾਜੀ ਵਾਲੇ ਥਾਨ ਲਾ ਲਾ ਸੁਣਦੇ ਬਈ। ਕਾਕਾ ਸੁਰਖਪੁਰੀਆ, ਇਹਨੂੰ ਕਾਕਾ ਸੁਰਖਪੁਰੀਆ ਆਖਦੇ ਨੇ। ਤਗੜਾ ਹੋ ਜਾਓ ਜਵਾਨੋ, ਸ਼ੀਲਾ ਆ ਗਿਆ ਜੇ, ਇਹਨੂੰ ਸ਼ੀਲਾ ਆਖਦੇ ਨੀ। ਉਹ ਵੇਖ ਮੁੱਲ ਨਹੀਂ ਉਹ ਪੈਂਦਾ ਕਾਰਤੂਸ ਕੱਲੇ ਦਾ, ਖੇਡਾਂ ਵਿੱਚੋਂ ਖੇਡ ਕਬੱਡੀ ਜੱਫਾ ਕੱਲੇ ਕੱਲੇ ਦਾ। ਉਹ ਵੇਖ ਉਧਰ ਦਾ ਨੰਬਰ ਹੋ ਗਿਆ ਵੀ, ਰੇਟ ਦਾ ਨੰਬਰ ਹੋ ਗਿਆ ਜਵਾਨੋ। ਲਾਸਟ ਫੈਸਲੇ ਜਿਹੜੇ ਨੇ ਉਹ ਰੈਫਰੀ ਦੇ ਨੇ। ਚੱਲ ਵੀ ਜਵਾਨਾ ਪਾ ਦੇ ਕਬੱਡੀ, ਕਹਿੰਦਾ ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ, ਤੇ ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ। ਪਰ ਸ਼ਹਿਰਾਂ ਵਾਲੇ ਲੋਕਾਂ ਨੂੰ ਵੀ ਹੁਣ ਪਿੰਡ ਦੀਆਂ ਜਿਹੜੀਆਂ ਕਬੱਡੀਆਂ ਨੇ ਇਹ ਰਾਸ ਆਉਣੀਆਂ ਸ਼ੁਰੂ ਹੋ ਗਈਆਂ। ਪਹਿਚਵਨ ਤੇ ਪੀਟੀਸੀ ਪੰਜਾਬੀ ਦੇ ਉੱਤੇ ਲਗਾਤਾਰ ਕਬੱਡੀਆਂ ਵੇਖਣ ਨੂੰ ਮਿਲਦੀਆਂ। ਇੱਧਰ ਦੇਖ ਪੈ ਗਏ ਨੀ ਪੇਚੇ, ਉਹ ਦੇਖ ਬਹਿ ਜਾ ਹੋ ਗਈ ਆ ਜਵਾਨਾ। ਉਹ ਵੇਖ ਮੇਹਣੋ ਮੇਣੀ ਹੋ ਕੇ ਟੁੱਟ ਗਈ ਬਈ, ਜਿਹੜੀ ਲਾਈ ਸੀ ਛੜੇ ਦੇ ਨਾਲ ਯਾਰੀ, ਮੇਹਣੋ ਮੇਣੀ ਹੋ ਕੇ ਟੁੱਟ ਗਈ। ਸਾਡੇ ਪ੍ਰਧਾਨ ਸਤਪਾਲ ਸੱਤੀ, ਸਾਡੇ ਪ੍ਰਧਾਨ ਸਾਹਿਬ ਜਿਨ੍ਹਾਂ ਦਾ 5 ਤੇ 6 ਨੂੰ ਮੇਲਾ ਹੈ, ਮੈਂ ਅੱਗੇ ਵੀ ਅਨਾਊਂਸਮੈਂਟ ਕੀਤੀ ਵੀ ਉਹਨਾਂ ਬੈਸਟ ਰੇਡਰ ਤੇ ਬੈਸਟ ਸਟੋਪਰ ਵੀ ਕੱਢਣਾ ਜੇ ਸਲੇਪੋਰ ਵਾਲੇ ਮੇਲੇ ਦੇ ਉੱਤੇ, ਬੈਸਟ ਰੇਡਰ ਤੇ ਬੈਸਟ ਸਟੋਪਰ ਨੂੰ ਸਪੈਸ਼ਲ ਨਾਮ। ਹੈਲੋ, ਮੈਂ ਰੋਸ਼ਨ ਸਿੰਘ ਪੱਲਾ ਨੂੰ ਜੀ ਆਇਆਂ ਕਹਿੰਦਾ ਹਾਂ, ਔਰ ਨਾਲ ਬੇਨਤੀ ਕਰਦਾ ਕਿ ਸਟੇਜ ਦੇ ਵਿਰਾਜਮਾਨ ਹੋਣ ਜੋ ਇਹਨਾਂ ਦੇ 2 ਭਰਾ ਅਮੈਰੀਕਾ 'ਚ ਰਹਿ ਰਹੇ ਹਨ, ਰੌਣਕ ਸਿੰਘ ਜੀ ਵਾਈਸ ਪ੍ਰਧਾਨ, ਸਰਦਾਰ ਸਪੂਰ ਸਿੰਘ ਸਰਪ੍ਰਸਤ, ਉਹਨਾਂ ਦਾ ਸੁਸਾਇਟੀ 'ਚ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਨੂੰ ਸੁਨੇਹਮਰ ਬੇਨਤੀ ਕਰਦਾ ਕਿ ਸਟੇਜ ਦੇ ਵਿਰਾਜਮਾਨ ਹੋਣ ਦੀ ਕਿਰਪਾਲਤਾ ਕਰਨ। ਨਾਲ ਹੀ ਜੋ ਮੇਨ ਗੇਟ 'ਚ ਨੌਜਵਾਨ ਵੀਰ ਖੜ੍ਹੇ ਹਨ, ਉਹਨਾਂ ਨੂੰ ਵੀ ਚਰਨਾਂ 'ਚ ਬੇਨਤੀ ਹੈ ਕਿ ਉਹ ਇੱਕ ਸਾਈਡ 'ਤੇ ਹੋ ਜਾਣ ਪਲੀਜ਼। ਰੱਬ ਦਾ ਵਾਸਤਾ, ਇਹ ਜੋ ਟੂਰਨਾਮੈਂਟ ਬਹੁਤ ਵਧੀਆ ਤਰੀਕੇ ਨਾਲ ਹੋਣ ਜਾ ਰਿਹਾ ਹੈ,
ਇਸ ਟੂਰਨਾਮੈਂਟ ਦਾ ਆਨੰਦ ਮਾਣੋ। ਅਨੁਸ਼ਾਸਨ ਨੂੰ ਧਿਆਨ ਵਿੱਚ ਰੱਖਦੇ ਹੋਏ, ਡਿਸਿਪਲਿਨ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਹੀ ਡਿਸਿਪਲਿਨ ਨੂੰ ਅਡਾਪਟ ਕਰਨ, ਤਾਂ ਕਿ ਇਹ ਜੋ ਟੂਰਨਾਮੈਂਟ ਦਾ ਹੈ ਸਾਰੇ ਲੋਕ ਵੀਰ ਜਿਹੜੇ ਦੂਰ ਦੜੇ ਤੋਂ ਆਏ ਹਨ, ਦਰਸ਼ਕ ਆਏ ਹਨ, ਆਨੰਦ ਮਾਣ ਸਕਣ। ਨਾਲ ਇਹ ਜ਼ਰੂਰੀ ਬੇਨਤੀ ਹੈ, ਜਿੰਨੇ ਵੀ ਵਿਅਕਤੀ ਬਾਹਰੋਂ ਬਾਹਰ ਇਲਾਕੇ ਦੇ ਦੂਰ ਦੁਰਾਡੇ ਆਏ ਹਨ, ਉਹਨਾਂ ਨੂੰ ਬੇਨਤੀ ਹੈ ਕਿ ਪਿੱਛੇ ਸਕੂਲ 'ਚ ਲੰਗਰ ਸਟਾਰਟ ਕਰ ਦਿੱਤਾ ਗਿਆ ਹੈ, ਗੁਰੂ ਦਾ ਲੰਗਰ ਹੈ। ਸਾਰੇ ਵਿਅਕਤੀ ਨੂੰ ਬੇਨਤੀ ਕੀਤੀ ਜਾਂਦੀ ਹੈ ਲੰਗਰ ਛਕਣ ਦੀ ਕਿਰਪਾਲਤਾ ਕੀਤੀ ਜਾਵੇ ਪਿਆਰ ਸਤਿਕਾਰ ਨਾਲ। ਜੇ ਰਸ਼ ਪੈ ਜਾਵੇ ਤਾਂ ਉੱਥੇ ਵਾਪਸ ਆ ਜਾਓ, ਲੰਗਰ ਸਾਡੇ ਕੋਲ ਬਹੁਤ ਹੈ, ਖਤਮ ਨਹੀਂ ਹੋਣਾ। ਪਹਿਲਾਂ ਬੇਨਤੀ ਹੈ ਜੋ ਲੋਕ ਦੂਰੋਂ ਦੂਰੋਂ ਆਏ ਹਨ ਉਹਨਾਂ ਸਿਰੇ ਮੇਰੀ ਬੇਨਤੀ ਹੈ ਕਿ ਪਿੱਛੇ ਸਕੂਲ ਦੇ ਕਮਰੇ 'ਚ ਲੰਗਰ ਸਟਾਰਟ ਹੈ, ਸ਼ੁਰੂ ਹੈ, ਲੰਗਰ ਦਾ ਟਾਈਮ ਹੋ ਚੁੱਕਾ ਹੈ। ਉਹਨਾਂ ਵੀਰਾਂ ਦੀ ਬੇਨਤੀ ਹੈ ਕਿ ਨਾਲ ਨਾਲ ਗੇਮ ਦਾ ਆਨੰਦ ਮਾਣਨ ਅਤੇ ਨਾਲ ਨਾਲ ਲੰਗਰ ਛਕਣ ਦੀ ਕਿਰਪਾਲਤਾ ਕਰਨ। ਸੁਭਾ ਜੀ ਕਹਿ ਰਹੀ ਹੁਣ ਕੁਲਦੀਪ ਸਿੰਘ ਨੰਗਲ ਲਵਾਣਾ ਤੋਂ ਕਬੱਡੀ ਦੇ ਬੋਲਾਂ ਤੋਂ ਖੁਸ਼ ਹੋ ਕੇ 100 ਰੁਪਏ ਦਾ ਖੂਬਸੂਰਤ ਇਨਾਮ ਮੇਰੇ ਵਾਸਤੇ ਭੇਜਿਆ। ਨਾਲੇ ਇਸ ਨੌਜਵਾਨ ਕਹਿੰਦਾ ਵੀ ਮੈਂ ਬਲਵਿੰਦਰ ਸਿੰਘ ਫੁੱਟਾ ਦੇ ਨਾਲ 4 ਸਾਲ ਲਗਾਤਾਰ ਕਬੱਡੀ ਖੇਡੀ ਹੈ। ਜੇ ਕਬੱਡੀ ਖੇਡੀ ਦੇ ਤਾਂ ਹੀ ਬਈ ਕਬੱਡੀ ਦੇ ਬੋਲਾਂ ਦਾ ਮਾਣ, ਕਬੱਡੀ ਖਿਡਾਰੀਆਂ ਦਾ ਮਾਣ ਕਰਦਾ, ਸਤਿਕਾਰ ਕਰਦਾ, ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਟਾਲੀ ਵਰਸਸ ਗੁਰਦਾਸਪੁਰ, ਦੋਨੋਂ ਟੀਮਾਂ 2 ਮਿੰਟਾਂ ਦੇ ਵਿੱਚ ਗਰਾਊਂਡ ਦੇ ਵਿੱਚ ਆ ਜਾਓ ਬਈ। ਟਾਲੀ ਵਰਸਸ ਗੁਰਦਾਸਪੁਰ, ਦੋਨੋਂ ਟੀਮਾਂ 65 ਕਿੱਲੋ ਲਈ, ਦੋਨੋਂ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆ ਜਾਓ ਬਈ, ਗਰਾਊਂਡ ਖਾਲੀ ਨਹੀਂ ਰੱਖਣਾ। ₹200 ਦੋਨਾਂ ਟੀਮਾਂ ਦਾ ਸਾਡੇ ਹਮਰਾਈ ਸਾਹਿਬ ਕੋਲੋਂ, ਦੋਨਾਂ ਟੀਮਾਂ ਵੱਲੋਂ ₹200। ਇੱਕ ਮਿੰਟ, ਰਤਨ ਸਿੰਘ ਟਾਲਵੀ, ਉਹ ਜਿੱਥੇ ਵੀ ਹੁਣ ਮਾੜਾ ਜਿਹਾ ਮੇਰਾ ਵੀਰ ਗਰਾਊਂਡ ਦੇ ਵਿੱਚ ਆ ਜਾਓ। ਸੁਰਖਪੁਰ 28 ਤੇ ਇਬਨ 18, ਤਾੜੀਆਂ ਮਾਰ ਦਿਓ ਵੀ ਸੁਰਖਪੁਰ ਵਾਸਤੇ। ਹੈਲੋ, ਰਤਨ ਟਾਲਵੀ, ਹੈਲੋ। ਅੱਜ ਜੋ ਇੰਨਾ ਵੱਡਾ ਮੇਲਾ, ਕਬੱਡੀ ਟੂਰਨਾਮੈਂਟ ਤੁਸੀਂ ਲੋਕ ਦੇਖ ਰਹੇ ਹੋ, ਆਪ ਸਭ ਜਾਣਦੇ ਹੋ ਕਿ ਇਸ ਟੂਰਨਾਮੈਂਟ ਨੂੰ ਚਲਾਉਣ ਵਾਸਤੇ ਟਾਲੀ ਬੱਲਾ ਇੰਟਰਨੈਸ਼ਨਲ ਵੈਲਫੇਅਰ ਸੁਸਾਇਟੀ USA, ਜਿਨ੍ਹਾਂ ਦੇ ਪ੍ਰਧਾਨ ਸਤਨਾਮ ਸਿੰਘ ਸੱਤਾ ਜੀ, ਕੈਸ਼ੀਅਰ ਸੁਖਵਿੰਦਰ ਸਿੰਘ ਰਿੰਪੀ ਜੀ, ਸਰਪ੍ਰਸਤ ਸਤਵਿੰਦਰ ਸਿੰਘ ਜੀ, ਸੁਖਵਿੰਦਰ ਸਿੰਘ ਜੀ, ਉਹਨਾਂ ਵੱਲੋਂ ਸਾਰੀ ਕਮੇਟੀ ਵੱਲੋਂ ਅਪੀਲ ਆਈ ਹੈ, ਇੱਕ ਬਾਰ ਫੋਨ ਆਏ ਹਨ ਸਾਰਿਆਂ ਦੇ, ਉਹ ਇਹ ਗੱਲ ਕਹਿ ਰਹੇ ਹਨ ਇਹ ਜੋ ਸੁਸਾਇਟੀ ਹੈ ਕਿਸੇ ਵੀ ਧੜੇ ਨਾਲ, ਕਿਸੇ ਪਾਰਟੀ ਨਾਲ, ਕਿਸੇ ਵੀ ਧਿਰ ਨਾਲ ਜੁੜੀ ਨਹੀਂ ਹੈ। ਇਹਨਾਂ ਦਾ ਇੱਕੋ ਇੱਕ ਮੋਟੋ ਹੈ, ਇੱਕੋ ਇੱਕ ਨਿਸ਼ਾਨਾ ਹੈ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ। ਔਰ ਪ੍ਰਧਾਨ ਸਾਹਿਬ ਵੱਲੋਂ ਬਹੁਤ ਵੱਡੇ ਪੱਧਰ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ, ਬਹੁਤ ਵੱਡਾ ਉਪਰਾਲਾ ਹੈ, ਉਹਨਾਂ ਦਾ ਯਤਨ ਹੈ। ਮੈਂ ਉਹਨਾਂ ਨਾਲ ਰਹਿ ਰਿਹਾ ਪਿਛਲੇ ਕੁਝ ਸਮੇਂ ਤੋਂ, ਹਰ ਇੱਕ ਇਨਸਾਨ ਨਾਲ, ਕਮੇਟੀ ਮੈਂਬਰ ਨਾਲ, ਜਾਂ ਕਮੇਟੀ ਤੋਂ ਬਾਹਰ ਹਨ ਉਹਨਾਂ ਨਾਲ ਟੈਲੀਫੋਨ ਟੱਚ ਹਨ, ਕੋਸ਼ਿਸ਼ ਕਰ ਰਿਹਾ
ਇਹ ਜੋ ਸੁਸਾਇਟੀ ਹੈ ਬੜੇ ਵੱਡੇ ਪੱਧਰ ਤੇ, ਇਹਦਾ ਨਾਂ ਵੀ ਬਹੁਤ ਵੱਡਾ ਹੈ ਇੰਟਰਨੈਸ਼ਨਲ, ਉਸ ਨਾਂ ਨੂੰ ਕਾਇਮ ਰੱਖਦੇ ਹੋਏ ਉਹਨਾਂ ਨੇ ਬਹੁਤ ਵੱਡੀ ਕੋਸ਼ਿਸ਼ ਕੀਤੀ ਹੈ ਹਰ ਇੱਕ ਬੰਦੇ ਨੂੰ ਨਾਲ ਲੈ ਕੇ ਚੱਲਣ ਦੀ। ਔਰ ਉੱਥੋਂ ਅਪੀਲ ਆਈ ਹੈ ਬਾਹਰੋਂ ਕਿ ਹਰ ਇੱਕ ਨੂੰ ਖੁੱਲ੍ਹਾ ਸਕਦਾ ਹੈ ਇਸ ਕਮੇਟੀ ਪ੍ਰਵੇਸ਼ ਹੋਣ ਦਾ, ਇਸ ਕਮੇਟੀ ਸਹਿਯੋਗ ਕਰਨ ਦਾ। ਜਿਹੜੇ ਵੀਰ ਇਸ ਕਮੇਟੀ ਤੋਂ ਨਾਰਾਜ਼ ਹਨ ਉਹ ਆਪਣਾ ਗੁੱਸਾ ਗਿਲਾ ਆ ਕੇ ਬੈਠ ਕੇ ਚਾਰ ਗ੍ਰਾਮ ਵਿੱਚ ਬੈਠ ਕੇ ਆਪਣਾ ਗੁੱਸਾ ਗਿਲਾ ਦੂਰ ਕਰ ਸਕਦੇ ਹਨ। ਕੋਈ ਕਿਸੇ ਪ੍ਰਕਾਰ ਦੇ ਕਿਸੇ ਦੇ ਮਨ ਵਿੱਚ ਕੋਈ ਗੱਲ ਨਹੀਂ ਹੈ। ਇਹ ਸੁਸਾਇਟੀ ਇੰਟਰਨੈਸ਼ਨਲ ਸੁਸਾਇਟੀ ਹੈ, ਇਸ ਸੁਸਾਇਟੀ ਵਿੱਚ ਇਹ ਨਹੀਂ ਅਮੈਰੀਕਾ ਤੋਂ ਪੈਸਾ ਆਇਆ ਹੈ, ਕੈਨੇਡਾ ਸਰਦਾਰ ਬਖਸ਼ੀਸ਼ ਸਿੰਘ ਨੇ ਬਹੁਤ ਵੱਡੇ ਪੱਧਰ ਤੇ ਬਹੁਤ ਵੱਡੀ ਤੌਰ ਤੇ ਮਾਇਕ ਸਹਾਇਤਾ ਕੀਤੀ ਹੈ। ਯੂਰਪ ਤੋਂ ਪੈਸਾ ਆ ਰਿਹਾ ਹੈ, ਇਸ ਕਮੇਟੀ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਸੁਸਾਇਟੀ ਨਾਂ ਦੀ ਸੁਸਾਇਟੀ ਨਹੀਂ ਹੈ, ਇਹ ਕੰਮ ਕਰਕੇ ਦਿਖਾ ਰਹੀ ਹੈ। ਅਸੀਂ ਇਸ ਸੁਸਾਇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਖਾਸ ਕਰਕੇ ਪ੍ਰਧਾਨ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਆਪਣੇ ਤਨ ਮਨ ਨਾਲ ਇਸ ਸੁਸਾਇਟੀ ਨੂੰ ਚਲਾ ਰਹੇ ਹਨ, ਸੇਵਾ ਕਰ ਰਹੇ ਹਨ। ਪਰਮਾਤਮਾ ਦੇ ਚਰਨਾਂ ਦੀ ਅਰਦਾਸ ਬੇਨਤੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹਨਾਂ ਤੇ ਸਾਰੀ ਸੁਸਾਇਟੀ ਤੇ ਸਾਰੀ ਕਮੇਟੀ ਤੇ ਮਿਹਰ ਭਰਿਆ ਹੱਥ ਰੱਖਣ ਤਾਂ ਕਿ ਇਸ ਪਿੰਡ ਵਿੱਚ, ਇਸ ਧਰਤੀ ਵਿੱਚ, ਇਸ ਇਲਾਕੇ ਵਿੱਚ ਇਸ ਤੋਂ ਵੱਧ ਵੱਡੀ ਗਿਣਤੀ ਵਿੱਚ ਵੱਡੀ ਮਾਤਰਾ ਵਿੱਚ ਮੇਲੇ ਲੱਗ ਸਕਣ, ਆਯੋਜਨ ਹੋ ਸਕੇ ਔਰ ਤੁਸੀਂ ਲੋਕ ਸਾਰੇ ਲੋਕ ਇਸ ਮੇਲੇ ਦਾ ਆਨੰਦ ਮਾਣ ਸਕੋ। ਇਸੇ ਤਰ੍ਹਾਂ ਹੀ ਸਾਰੇ ਵੀਰਾਂ ਨੇ ਸ਼ਾਮ ਤੱਕ ਸਹਿਯੋਗ ਦੇਣਾ ਹੈ। ਮੈਂ ਦੁਬਾਰਾ ਫਿਰ ਬੇਨਤੀ ਕਰਦਾ ਹਾਂ ਜੋ ਮੇਨ ਗੇਟ ਵਿੱਚ ਵੀਰ ਖੜੇ ਹਨ ਉਹਨਾਂ ਸਿਮਰ ਬੇਨਤੀ ਹੈ ਕੋਈ ਸਾਈਡ ਤੇ ਆਪਣੀ ਜਗ੍ਹਾ ਕੋਲ ਲੱਭ ਲੈਣ ਤਾਂ ਕਿ ਕਿਸੇ ਨੂੰ ਵੀ ਕੋਈ ਅੰਦਰ ਆਉਣ ਵਾਸਤੇ ਕੋਈ ਰੁਕਾਵਟ ਨਾ ਹੋਵੇ। ਆਹ ਸਭ ਭਲੇ ਪ੍ਰਕਾਰ ਜਾਣਦੇ ਹੋ ਅੱਜ ਇਸ ਧਰਤੀ ਤੇ ਪੰਜਾਬ ਦੀ ਨਹੀਂ, ਦੇਸ਼ ਦੀ ਨਹੀਂ, ਸੰਸਾਰ ਦੀ ਪ੍ਰਸਿੱਧ ਕਲਾਕਾਰ, ਪੰਜਾਬੀ ਕਲਾਕਾਰ ਜਿਸ ਨੂੰ ਕੋਈ ਬੱਚਾ ਬੱਚਾ ਜਾਣਦਾ ਹੈ, ਜਿਹਨਾਂ ਦਾ ਕਿ ਹੁਣ ਤੱਕ 4000 ਗੀਤ ਰਿਕਾਰਡ ਹੋ ਚੁੱਕਾ ਹੈ, 4000 ਗੀਤ, 10 ਤੋਂ ਜ਼ਿਆਦਾ ਐਲਬਮ ਆ ਚੁੱਕੀਆਂ ਹਨ, 3 ਫਿਲਮਾਂ ਆ ਚੁੱਕੀਆਂ ਹਨ। ਆਹ ਸਭ ਜਾਣਦੇ ਹੋ ਮਿਸ ਪੂਜਾ, ਉਹ ਵੀ ਅੱਜ ਵਿਸ਼ੇਸ਼ ਤੌਰ ਤੇ ਐਜ ਏ ਚੀਫ ਗੈਸਟ ਤੌਰ ਤੇ ਇਸ ਚਾਲੀ ਪਿੰਡ ਵਿੱਚ ਪਧਾਰ ਰਹੇ ਹਨ, ਇਸ ਧਰਤੀ ਨੂੰ ਚਾਰ ਚਾਂਦ ਲਗਾ ਰਹੇ ਹਨ। ਉਸ ਵਕਤ ਵੀ ਆਪਾਂ ਸਾਰਿਆਂ ਨੇ ਇਸੇ ਤਰ੍ਹਾਂ ਹੀ ਪਿਆਰ ਦਾ ਸਬੂਤ ਦੇਣਾ ਹੈ। ਉਹ ਤੁਹਾਡੇ ਵਿੱਚ ਬਹੁਤ ਲੰਬਾ ਸਮਾਂ ਰਹਿਣਗੇ, ਬਹੁਤ ਲੰਬਾ ਸਮਾਂ ਰੁਕਣਗੇ, ਤੁਹਾਡੇ ਹਰ ਇੱਕ ਦੀ ਗੱਲ ਸੁਣ ਕੇ, ਹਰ ਇੱਕ ਨੂੰ ਆਪਣੀ ਗੱਲ ਸੁਣਾ ਕੇ ਇੱਥੋਂ ਜਾਣਗੇ। ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਅਸਲਾ ਜਿਹਾ ਪ੍ਰੋਗਰਾਮ ਸੀ ਪਹਿਲਾਂ ਪੋਸਟਪੋਨ ਹੋ ਚੁੱਕਿਆ ਹੈ। ਅੱਜ ਦੀ ਡੇਟ 25 ਤਰੀਕ ਹੈ, ਉਸਦੀ ਚੰਡੀਗੜ੍ਹ ਵਿਖੇ ਸ਼ੂਟਿੰਗ ਸੀ, ਅਸੀਂ ਪ੍ਰੋਗਰਾਮ 25 ਤਰੀਕ ਰੱਖ ਦਿੱਤਾ। ਉਹਨਾਂ ਨੂੰ ਬੇਨਤੀ ਕੀਤੀ ਵੀ ਅਸੀਂ ਤਾਂ ਹੁਣ ਪ੍ਰੋਗਰਾਮ ਰੱਖ ਦਿੱਤਾ ਹੈ, ਉਹਨਾਂ ਨੇ ਆਪਣੀ ਸਾਰੀ ਸ਼ੂਟਿੰਗ ਕੈਂਸਲ ਕਰਕੇ, ਸਾਰੇ ਫਿਲਮ ਦੇ ਸਟਾਫ ਨੂੰ ਬੇਨਤੀ ਕਰਕੇ ਆਪਣੀ ਸ਼ੂਟਿੰਗ ਕੈਂਸਲ ਕੀਤੀ ਹੈ। ਉਸ ਤੋਂ ਬਾਅਦ ਇਸ ਪਿੰਡ ਵਿੱਚ ਅੱਜ ਆ ਰਹੇ ਹਨ, ਅਸੀਂ ਉਹਨਾਂ ਦਾ ਵੀ ਬਹੁਤ ਨਹੀਂ ਹਾਂ ਧੰਨਵਾਦੀ ਹਾਂ, ਰੋਮੀ ਟਾਲੀ ਦਾ ਖਾਸ ਕਰਕੇ ਉਹਨਾਂ ਨਾਲ ਆ ਰਹੇ ਹਨ, ਉਹਨਾਂ ਦਾ ਵੀ ਇਸ ਕੰਮ ਵਿੱਚ ਬਹੁਤ ਵੱਡਾ ਅਸੀਂ ਦੋਵਾਂ ਸਮਝਦੇ ਹਾਂ। ਮੈਂ ਹੁਣ ਸੂਬਾ ਜੀ ਬੇਨਤੀ ਕਰਨਾ ਕਹਿ ਰਿਹਾ ਪਲੀਜ਼, ਤੋਂ ਇੱਥੋਂ ਦੀ ਸੁਖਪੁਰ ਦੀ ਟੀਮ ਦਾ ਖਿਡਾਰੀ ਆ ਕੇ ਆਪਣੇ ਪੈਸੇ ਲੈ ਜਾਏ ਜੀ, 200 ਰੁਪਈਆ ਸੁਖਪੁਰ ਦਾ ਖਿਡਾਰੀ। ਹੁਣ ਟਾਲੀ ਵਰਸਸ ਗੁਰਦਾਸਪੁਰ ਟਾਲੀ ਦੀ ਟੀਮ ਜਿਹੜੀ ਹੈ ਗਰਾਊਂਡ ਦੇ ਵਿੱਚ ਪਹੁੰਚ ਚੁੱਕੀ ਬਈ, ਬੇਨਤੀ ਹੈ ਕਿ ਗੁਰਦਾਸਪੁਰ ਵਾਲੀ ਟੀਮ ਨੂੰ ਮਾਝੇ ਦੇ ਮਜਾਹਿਲ ਜਿਹੜੇ ਨੇ ਆ ਜਾਓ ਬਈ, ਛਾਲਾ ਮਾਰ ਕੇ ਜਵਾਨੋ।
ਆ ਜਾਓ ਗਰਾਊਂਡ ਦੇ ਵਿੱਚ। ਟੀਮਾਂ ਨੂੰ ਬੇਨਤੀ ਕਰਾਂਗਾ ਵੀ ਉਹ ਲਾਈਨ ਆਫ ਹੋਣ ਦੀ ਕਿਰਪਾਲਤਾ ਕਰਨ। ਮਾਸਟਰ ਮਾਨ ਸਿੰਘ ਬੱਲਾ, ਮਾਸਟਰ ਮਾਨ ਸਿੰਘ ਬੱਲਾ, ਸਰਦਾਰ ਸਵਰਨ ਸਿੰਘ ਪਿੰਡ ਬੱਲਾ, ਸਤਪਾਲ ਸਿੰਘ ਸੱਤੀ, ਸਪਰਿੰਦਰ ਸਿੰਘ ਪਾਂਡੀ ਨੂੰ ਬੇਨਤੀ ਕਰਾਂਗਾ ਉਹ ਗਰਾਊਂਡ ਵਿੱਚ ਆ ਕੇ। ਲੰਬਰਦਾਰ ਸੂਰਜ ਸਿੰਘ, ਲੰਬਰਦਾਰ ਸੂਰਜ ਸਿੰਘ, ਉਹਨਾਂ ਨੂੰ ਬੇਨਤੀ ਕਰਾਂਗਾ ਉਹ ਗਰਾਊਂਡ ਵਿੱਚ ਆ ਕੇ ਤੇ ਟੀਮਾਂ ਨਾਲ ਆ ਕੇ ਮੁਲਾਕਾਤ ਇੰਟਰਵਿਊਸ ਹੋਣ। ਸਵਰਨ ਸਿੰਘ ਬੱਲਾ, ਸਤਪਾਲ ਸਿੰਘ ਸੱਤੀ, ਪਰਮਿੰਦਰ ਸਿੰਘ ਬੰਟੀ, ਮਾਸਟਰ ਮਾਨ ਸਿੰਘ ਸਨਿਮਰ ਬੇਨਤੀ ਹੈ। ਨਰਿੰਦਰ ਸਿੰਘ ਲੰਬਰਦਾਰ ਜੋ ਉਚੇਚੇ ਤੌਰ ਤੇ ਜਲੰਧਰ ਤੋਂ ਸਪੈਸ਼ਲ ਤੌਰ ਤੇ ਜੈਮਲ ਸਿੰਘ ਦੇ ਭਰਾ ਸਾਹਿਬ ਉਹ ਪਹੁੰਚੇ, ਉਹਨਾਂ ਨੂੰ ਬੇਨਤੀ ਕਰਾਂਗਾ ਵੀ ਉਹ ਅੰਦਰ ਆਉਂਦੇ ਸਟੇਜ ਗਰਾਊਂਡ ਦੇ ਅੰਦਰ ਆਉਣ ਕਿਰਪਾਲਤਾ ਕਰਨ। ਸਵਰਨ ਸਿੰਘ ਪਲੀਜ਼। ਗੁਰਦਾਸਪੁਰ ਦੀ ਟੀਮ ਨੂੰ ਬੇਨਤੀ ਹੈ ਬਾਈ, ਸਾਡੇ ਪਤਵੰਤੇ ਸੱਜਣ ਵੀ ਉਹਨਾਂ ਨੂੰ ਵੀ ਕਾਲਾ ਹੋ ਚੁੱਕੀਆਂ ਨੇ ਤੇ ਗੁਰਦਾਸਪੁਰ ਦੀ ਟੀਮ ਜਿਹੜੀ ਇੱਕ ਮਿੰਟ ਦੇ ਵਿੱਚ ਵਿੱਚ ਐਂਟਰ ਕਰੇ ਬਾਈ, ਗੁਰਦਾਸਪੁਰ ਦੀ ਟੀਮ। ਔਰ ਮੈਂ ਬੇਨਤੀ ਹੈ ਸਾਡੇ ਕੁਲਵਿੰਦਰ ਸਿੰਘ ਬੱਬਰ ਇਹਨਾਂ ਦੇ ਡੈਡੀ ਜੀ ਸਰਪੰਚ ਸਾਹਿਬ ਬੱਲਾ ਨਾਲ ਸਰਦਾਰ ਦਇਆ ਸਿੰਘ ਸਾਡੇ ਸੱਤਾ ਭਲਵਾਨ ਦੇ ਡੈਡੀ ਜਿਨ੍ਹਾਂ ਦਾ ਵਿਸ਼ੇਸ਼ ਯੋਗਦਾਨ ਹੈ ਇਸ ਟੂਰਨਾਮੈਂਟ ਵਾਸਤੇ, ਮੇਰੀ ਬੇਨਤੀ ਹੈ ਸਾਡੇ ਬਜ਼ੁਰਗ, ਕਿਉਂਕਿ ਇਹਨਾਂ ਦਾ ਸਤਿਕਾਰ ਜਿਹੜਾ ਉਹ ਬਹੁਤ ਜ਼ਰੂਰੀ ਹੈ। ਹੈਲੋ ਬੱਲੇ ਚੌਕ ਦੀ ਟੀਮ ਮੇਰੇ ਨਾਲ ਰਾਬਤਾ ਕਾਇਮ ਕਰੇ, ਬੱਲੇ ਚੌਕ ਦੀ ਟੀਮ, ਬੱਲੇ ਚੌਕ ਦੀ ਟੀਮ ਮੇਰੇ ਨਾਲ ਰਾਬਤਾ ਕਰਿਆ ਹੋਵੇ, ਪੈਂਠ ਕਿਲੋ ਵਾਲੀ ਟੀਮ ਪਲੀਜ਼। ਮਾਂ ਸਾਡੇ ਪ੍ਰਿੰਸੀਪਲ ਮਾਨ ਸਿੰਘ ਜੀ ਬੱਲਾ, ਗੌਰੀ ਦੇ ਡੈਡੀ ਜੀ, ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ ਜੀ ਆਇਆਂ ਨੂੰ ਇੱਥੇ ਪਹੁੰਚਣ 'ਤੇ, ਕਿਉਂਕਿ ਇਹੋ ਜਿਹੇ ਬਜ਼ੁਰਗਾਂ ਦੇ ਨਾਲ ਹੀ ਇਹ ਵੱਡੀਆਂ ਜਿਹੜੀਆਂ ਕਰੀਜ਼ਾਂ ਨੇ ਫਤਮੀਆਂ ਨੇ। ਤੋ ਮੇਰੀ ਬੇਨਤੀ ਹੈ ਅਗਲੀ ਟੀਮ ਜਿਹੜੀ ਹੈ 65 ਕਿਲੋ ਦੀ, ਉਹ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆ ਜਾਵੇ। ਆ ਜਾਓ ਬਈ ਯੋਧੇ, ਆ ਜਾਓ ਮਾਰਦੇ ਛਾਲਾਂ ਯੋਧੇ, ਆ ਜਾਓ ਬਈ ਜਵਾਨ, ਖੇਡਣ ਵਾਸਤੇ ਖੇਡ ਕਬੱਡੀ ਜੁਗਤੀ ਦੀ, ਕੰਮ ਭਿੜਨਾ ਝੋਟੇ ਦਾ, ਕੀ ਵੈਲੀ ਦੀ ਯਾਰੀ ਦਾ, ਪੱਕਾ ਸਾਧ ਲੰਗੋਟੇ ਦਾ, ਇਹ ਸਾਧਾਂ ਵਾਲੀ ਗੇਮ ਆ ਜਵਾਨੋ। ਸਾਧ ਕਹਿੰਦੇ ਅੱਖ ਬਾਜ ਵਾਲੀ ਤੇ ਸੋਚ ਸਾਧ ਵਾਲੀ, ਜਦੋਂ ਸਾਧ ਵਾਲੀ ਸੋਚ ਹੋਵੇ ਫਿਰ ਕਬੱਡੀ ਬਣਦੀ ਬਈ।